ਮੋਹਾਲੀ ਦੇ ਸੈਕਟਰ 69 ਵਿੱਚ ਕਾਤਲਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਮਾਸੂਮ ਬੱਚੇ ਮਹਿਰਮ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸੰਸਕਾਰ ਦੌਰਾਨ ਹੀ ਮਹਿਰਮ ਦੇ ਨਾਨੇ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ 28 ਅਕਤੂਬਰ ਨੂੰ ਆਪਣੇ ਘਰ ਦੇ ਸਾਹਮਣੇ ਬਣੇ ਪਾਰਕ ਵਿੱਚ ਖੇਡਦੇ ਹੋਏ 6 ਸਾਲਾ ਮਹਿਰਮ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਮੋਹਾਲੀ ਦੇ ਸੈਕਟਰ 69 ਦੇ ਡੰਪਿੰਗ ਗਰਾਊਂਡ ਤੋਂ ਉਸਦੀ ਲਾਸ਼ ਬਰਾਮਦ ਹੋਈ ਸੀ। ਅਠਾਈ ਅਕਤੂਬਰ ਨੂੰ ਜਦ ਮਹਿਰਮ ਘਰ ਤੋਂ ਗਾਇਬ ਹੋਇਆ ਸੀ ਤਾਂ ਉਸਦੀ ਮਾਂ ਨੇ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ ਬੱਚੇ ਨੂੰ ਅਗਵਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਹਿਰਮ ਦੀ ਮਾਂ ਦੇ ਮਾਂ ਬਾਪ ਦਾ ਤਲਾਕ ਦਾ ਮਾਮਲਾ ਚੱਲ ਰਿਹਾ ਸੀ। ਮਹਿਰਮ ਦਾ ਪਿਤਾ ਆਸਟ੍ਰੇਲੀਆ ਵਿੱਚ ਰਹਿੰਦਾ ਜਦਕਿ ਉਸਦੀ ਮਾਂ ਆਪਣੇ ਪਿਤਾ ਅਤੇ ਮਾਤਾ ਦੇ ਨਾਲ ਫੇਸ 9 ਦੇ ਮਕਾਨ ਨੰਬਰ 154 ਵਿੱਚ ਰਹਿੰਦੇ ਨੇ। ਮਹਿਰਮ ਦੀ ਮਾਂ ਹਰਜਿੰਦਰ ਕੌਰ ਦੇ ਮੁਤਾਬਕ ਉਸਦੇ ਸੱਸ ਸਹੁਰਾ ਉਸਨੂੰ ਤਲਾਕ ਦੇ ਲਈ ਮਜਬੂਰ ਕਰ ਰਹੇ ਨੇ ਅਤੇ ਉਸਨੂੰ ਫੋਨ 'ਤੇ ਬੱਚੇ ਨੂੰ ਅਗਵਾ ਕਰਨ ਦੀਆਂ ਧਮਕੀਆਂ ਵੀ ਦੇ ਰਹੇ ਸਨ। ਸ਼ੁੱਕਰਵਾਰ ਤਕਰੀਬਨ 11 ਵਜੇ ਦਿਨ ਨੂੰ ਜਦ ਕੋਈ ਸਫਾਈ ਕਰਮਚਾਰੀ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣ ਆਇਆ ਤਾਂ ਉਸਨੇ ਕਿਸੇ ਬੱਚੇ ਦੀ ਲਾਸ਼ ਦੇਖੀ ਜੋ ਜ਼ਮੀਨ ਵਿੱਚ ਦੱਬੀ ਹੋਈ ਸੀ ਅਤੇ ਜਿਸਦਾ ਇੱਕ ਪੈਰ ਬੂਟ ਸਹਿਤ ਜ਼ਮੀਨ ਤੋਂ ਬਾਹਰ ਸੀ। ਸਫਾਈ ਕਰਮਚਾਰੀ ਨੇ ਸੂਚਨਾ ਦਿੱਤੀ ਤਾਂ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ, ਬੱਚੇ ਦੀ ਸ਼ਨਾਖਤ ਕਰ ਲਈ ਗਈ। ਪੁਲਿਸ ਨੇ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮੈਂ ਯਹਾਂ ਪੇ ਕੂੜਾ ਲਾ ਕੇ ਰੇੜੀ ਖੜੀ ਕਰੀ, ਮੈਂ ਇਧਰ ਬਾਥਰੂਮ ਕਰਨੇ ਗਿਆ ਸੀ ਔਰ ਬਾਥਰੂਮ ਕਰਤੇ ਕਰਤੇ ਮੈਨੂੰ ਬੱਚੇ ਕਾ ਪੈਰ ਦੇਖਾ ਉਹਦੇ ਪੈਰ ਦਿਖਤੇ ਸਾਥ ਹੀ ਫਿਰ ਮੈਂ ਬਾਹਰ ਨਿਕਲਾ ਇਧਰ ਹਮਨੇ ਆਪਣੇ ਪ੍ਰਧਾਨ ਜੀ ਕੇ ਪਾਸ ਗਿਆ ਹੂੰ ਮੈਂ ਇਨਕੋ ਬੁਲਾ ਕੇ ਲਾਇਆ ਹੂੰ ਇਨਸੇ ਫਿਰ ਕੰਪਲੇਂਟ ਲਿਖਾਈ ਮੈਨੇ। ਮੌਕੇ ਤੇ SSP ਅਤੇ ਦੂਜੇ ਆਲਾ ਅਧਿਕਾਰੀ ਪਹੁੰਚ ਗਏ। ਫੋਰੈਂਸਿਕ ਟੀਮ, ਡੌਗ ਸਕੁਐਡ ਅਤੇ ਡਾਕਟਰਾਂ ਦੀ ਟੀਮ ਪਹੁੰਚ ਗਈ ਸੀ, ਪਰ ਪੁਲਿਸ ਇਸ ਸਮੇਂ ਕੁਝ ਵੀ ਕਹਿਣ ਤੋਂ ਬਚ ਰਹੀ ਸੀ। SSP ਮੋਹਾਲੀ ਇੰਦਰ ਮੋਹਨ ਸਿੰਘ ਪੱਟੀ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਉਹਨਾਂ ਦੇ ਅਧਿਕਾਰੀ ਅਤੇ ਇਨਵੈਸਟੀਗੇਸ਼ਨ ਟੀਮਾਂ ਪਹੁੰਚ ਗਈਆਂ ਸਨ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ। ਉਹਨਾਂ ਕਿਹਾ ਕਿ ਬਾਕੀ ਦੀ ਕਾਰਵਾਈ ਜਾਂਚ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਇਹਦੇ ਵਿੱਚ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਉੱਥੇ ਕੁਛ ਬੋਡੀ ਜਿਹੜੀ ਆ ਜ਼ਮੀਨ ਦੇ ਥੱਲੇ ਦੱਬੀ ਹੋਈ ਹੈਗੀ ਆ। ਮੌਕੇ 'ਤੇ ਆ ਕੇ ਜਦੋਂ ਪੁਲਿਸ ਨੇ ਦੇਖਿਆ, ਵੈਰੀਫਾਈ ਕੀਤਾ, ਉਹਦੇ ਵਾਰਸਾਂ ਨੂੰ ਵੀ ਬੁਲਾਇਆ ਗਿਆ, ਡਾਕਟਰਸ ਦੇ ਤਹਿਸੀਲਦਾਰ ਨੂੰ ਬੁਲਾ ਕੇ ਜਿਹੜੀ ਬੋਡੀ ਆ ਉਹ ਬਾਹਰ ਕੱਢੀ ਗਈ ਆ ਔਰ ਪੋਸਟਮਾਰਟਮ ਲਈ ਜਿਹੜੀ ਆ ਉਹ ਹੋਸਪਿਟਲ ਭੇਜ ਦਿੱਤੀ ਗਈ ਆ। ਪੋਸਟਮਾਰਟਮ ਤੋਂ ਬਾਅਦ ਹੀ ਅਸਲੀ ਉਹਦਾ ਕੌਜ਼ ਆਫ ਡੈਥ ਕੀ ਹੈ ਪਤਾ ਲੱਗੂਗਾ। ਇਸ ਵਾਰਦਾਤ ਨੇ ਚੰਡੀਗੜ੍ਹ ਵਿੱਚ 2011 ਵਿੱਚ ਹੋਈ ਖੁਸ਼ਪ੍ਰੀਤ ਹੱਤਿਆਕਾਂਡ ਦਾ ਯਾਦ ਤਾਜ਼ਾ ਕਰ ਦਿੱਤੀ, ਜਿਸ ਨੂੰ 21 ਦਸੰਬਰ 2011 ਨੂੰ ਅਗਵਾ ਕੀਤਾ ਗਿਆ ਸੀ ਅਤੇ ਉਸਦੀ ਲਾਸ਼ 5 ਜਨਵਰੀ ਨੂੰ ਮਿਲੀ ਸੀ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਪੁਲਿਸ ਅਤੇ ਲੋਕਾਂ ਦੇ ਵਿੱਚ ਕਾਫੀ ਦੰਗੇ ਹੋਏ ਸਨ ਅਤੇ ਕਈ ਦਿਨਾਂ ਤੱਕ ਚੰਡੀਗੜ੍ਹ ਵੀ ਬੰਦ ਰਿਹਾ ਸੀ। ਮੋਹਾਲੀ ਪੁਲਿਸ ਕੀ ਢਿਲੀ ਕਾਰਵਾਈ ਸੇ ਜਹਾਂ ਪੁਲਿਸ ਪ੍ਰਸ਼ਾਸਨ ਪਰ ਇੱਕ ਸਵਾਲੀਆ ਨਿਸ਼ਾਨ ਖੜਾ ਹੁਆ ਹੈ, ਵਹੀਂ ਸਥਾਨੀ ਲੋਗੋ ਮੇਂ ਵੀ ਪੁਲਿਸ ਕੇ ਖਿਲਾਫ ਕਾਫੀ ਰੋਸ ਦਿਖਾਈ ਦੇ ਰਹਾ ਹੈ, ਕਿਉਂਕਿ 10 ਦਿਨ ਸੇ ਲਾਪਤਾ ਬੱਚੇ ਕਾ ਪੁਲਿਸ ਕੋਈ ਵੀ ਪਤਾ ਨਹੀਂ ਚਲਾ ਪਾਈ। ਬਰਹਾਲ ਦੇਖਣਾ ਹੋਗਾ ਕਿ ਆਰੋਪੀ ਪੁਲਿਸ ਕੀ ਗ੍ਰਿਫਤ ਮੇਂ ਕਬ ਤੱਕ ਆਏਂਗੇ। ਮੋਹਾਲੀ ਸੇ ਕੈਮਰਾਮੈਨ ਅਮਨਦੀਪ ਸਿੰਘ ਕੇ ਸਾਥ ਮਨੋਜ ਰਾਠੀ, ਡੇ ਐਂਡ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।